ਬੰਦੇ ਸਲਾਮ ਕੀਤਾ, ਮੈਂ ਜਵਾਬ ਦਿੱਤਾ। ਮੈਨੂੰ ਆਂਦਾ ਮੈਂ ਉੱਥੋਂ ਬੋਲ ਰਿਹਾ ਜਿੱਥੇ ਰਾਤੀ ਤੁਹਾਡਾ ਖਿਤਾਬ ਸੀ। ਮੈਂ ਕਿਹਾ ਜੀ ਇਰਸ਼ਾਦ ਫਰਮਾਓ। ਰਾਤੀ ਤੁਸੀਂ ਆਖਿਆ ਵੀ ਸੁਬਹ ਦੇ ਟਾਈਮ ਅੱਲਾ ਦੀ ਨਮਾਜ਼ ਪੜ੍ਹੋ, ਸੁਬਹ ਵਾਲੀ ਬਾਜਮਾਤ, ਕੁਰਾਨ ਦੀ ਜ਼ਿਆਰਤ ਕਰੋ, ਅੱਬੇ ਦਾ ਮੂੰਹ ਵੇਖੋ, ਹਜ ਦਾ ਸਵਾਬ। ਮੈਂ ਕਿਹਾ ਜੀ ਆਖਿਆ। ਉਸ ਕਿਹਾ ਇਹਦਾ ਮਤਲਬ ਹੈ ਵੀ ਫਿਰ ਅੱਬੇ ਦਾ ਜਿਹੜਾ ਮੂੰਹ ਹੋਇਆ ਉਹ ਖਾਨਾ ਕਾਬਾ ਹੋਇਆ। ਮੈਂ ਕਿਹਾ ਜੀ ਸਾਡੀ ਅੱਖ ਹਾਜੀ ਦੀ ਹੋਈ। ਮੈਂ ਕਿਹਾ ਜੀ ਅੱਬਾ ਵੇਖਣਾ ਇੰਜੀ ਹੈ ਜਿਵੇਂ ਕਾਬਾ ਵੇਖ ਲਿਆ। ਮੈਂ ਕਿਹਾ ਜੀ ਆ। ਉਸ ਕਿਹਾ ਬਸ ਡੋਗਰ ਸਾਹਿਬ ਇਸੇ ਕੰਮ ਦੀ ਵਾਸਤੇ ਫੋਨ ਕੀਤਾ ਸੀ, ਥੋੜ੍ਹੀ ਜਿਹੀ ਮਸਲੇ ਦੀ ਵਜ਼ਾਹਤ ਕਰ ਦਿਓ। ਮੈਂ ਕਿਹਾ ਕਿਵੇਂ? ਆਖਿਰ ਨਮਾਜ਼ ਵੀ ਮੈਂ ਸੁਬਹ ਪੜ੍ਹ ਲਈ ਅਤੇ ਕੁਰਾਨ ਦੀ ਜ਼ਿਆਰਤ ਵੀ ਕਰ ਲਈ ਅਤੇ ਹੁਣ ਮੇਰਾ ਦਿਲ ਸੀ ਕਿ ਅੱਬੇ ਦਾ ਮੂੰਹ ਵੇਖਾਂ ਅਤੇ ਮੈਂ ਹਾਜੀ ਬਣਾ। ਮੈਂ ਕਿਹਾ ਜੀ ਆ। ਉਸ ਕਿਹਾ ਜਿਹੜਾ ਸਾਡਾ ਖਾਨਾ ਕਾਬਾ ਹੈ ਨਾ, ਉਹ 9:30 ਵਜੇ ਤੱਕ ਰਜ਼ਾਈ 'ਚੋਂ ਮੂੰਹ ਹੀ ਨਹੀਂ ਬਾਹਰ ਕੱਢਦਾ। ਜਿਹੜੇ ਅੱਬੇ ਬੈਠੇ ਹੋ ਤੁਸੀਂ ਤਾਂ ਸੁਭਾਨ ਅੱਲਾਹ ਕਹੋ। ਉਹ ਸਾਰੀਆਂ ਗੱਲਾਂ ਹੁਣ ਬੱਚਿਆਂ ਨਾਲ ਤੇ ਨਾ ਕਰੀਏ, ਕੋਈ ਅੱਬਿਆਂ ਨਾਲ ਵੀ ਤੇ ਕਰੀਏ। ਮੈਂ ਆਪ ਅੱਬਾ ਸ਼ਾਮਲ ਹਾਂ। ਮੇਰਾ ਜਿਹੜਾ ਕਾਬਾ ਸੀ 7 ਸਾਲ ਹੋ ਗਏ, ਉਹਦੇ ਮੂੰਹ ਉੱਤੇ ਮੈਂ ਪਰਦਾ ਮਿੱਟੀ ਦਾ ਪਾ ਬੈਠਾ, ਜਿਹਦਾ ਚਿਹਰਾ ਵੇਖਣ ਨਾਲ ਮੈਨੂੰ ਹੱਜ ਦਾ ਸਵਾਬ ਲੱਭਦਾ ਸੀ, ਉਹ ਬਾਬਾ ਚਲਿਆ ਗਿਆ। ਹੁਣ ਮੈਂ ਆਪ ਅੱਬਿਆਂ ਵਿੱਚ ਸ਼ਾਮਲ ਹਾਂ। ਇਹ ਗੱਲ ਮੈਂ ਅੱਬਿਆਂ ਨਾਲ ਪਿਆ ਕਰਨਾ, ਜੇ ਸਾਡਾ ਮੂੰਹ ਵੇਖਣ ਨਾਲ ਸਾਡੀ ਔਲਾਦ ਦੇ ਹੱਜ ਦਾ ਸਵਾਬ ਏ, ਕਮ ਸੇ ਕਮ ਸਾਡਾ ਵੀ ਹੱਕ ਬਣਦਾ ਕਿ ਔਲਾਦ ਨਾਲ ਮੁਲਾਕਾਤ ਸੁਬਹ ਦੇ ਟਾਈਮ ਰੱਬ ਦੀ ਮਸਜਿਦ ਵਿੱਚ ਹੋਣੀ ਚਾਹੀਦੀ ਹੈ। ਮੈਨੂੰ ਕਹਿਣ ਲੱਗਿਆ ਮੇਰਾ ਦਿਲ ਹੱਜ ਕਰਨ ਦਾ। ਮੈਂ ਕਿਹਾ ਫੇਰ ਅਗੇ ਕਾਬਾ ਰਜ਼ਾਈ ਲੈ ਕੇ ਪਿਆ ਤੇ ਪੁੱਛਣਾ ਚਾਹੁੰਦੇ ਹਾਂ। ਮੈਂ ਕਿਹਾ ਕਿਹੜੀ ਗੱਲ? ਉਸ ਕਿਹਾ ਬਸ ਇਹ ਦੱਸ ਦੇ ਬਈ ਹੁਣ ਅਸਾਂ ਜੋ ਹੱਜ ਕਰਨਾ ਇਹ ਰਜ਼ਾਈ ਚੁੱਕ ਕੇ ਕਾਬੇ ਦੀ ਜ਼ਿਆਰਤ ਕਰ ਲਈ ਉੱਤੇ ਰਜ਼ਾਈ ਪਾ ਦੇਈਏ ਜਾਂ ਪਾਣੀ ਦੇ ਛਿੱਟੇ ਪਾ ਕੇ ਕਾਬੇ ਨੂੰ ਉਠਾ ਦੇਈਏ। ਇਹ ਦੱਸੋ ਵੀ ਤੁਸੀਂ ਆਖਿਆ ਵੀ ਕਾਬਾ ਵੇਖੋ ਤੇ ਕਾਬਾ ਰਜ਼ਾਈ ਲੈ ਕੇ ਪਿਆ, ਅਸਾਂ ਜ਼ਿਆਰਤ ਕਿਹੜੇ ਵੇਲੇ ਕਰੀਏ? ਇੱਕ ਵਾਰੀ ਫੇਰ ਮੈਨੂੰ ਸਕੂਨ ਦੇ ਦਿਓ, ਮੇਰੇ ਦਿਲ ਨੂੰ ਮਜ਼ਾ ਆ ਜਾਏ। ਇੱਕ ਵਾਰੀ ਸਾਰੇ ਸੱਜਣ ਉੱਚੀ ਕੋਈ ਨਾ ਬੋਲੇ, ਪਿਆਰ ਨਾਲ ਕਹਿ ਦਿਓ, ਮੁਹੱਬਤ ਨਾਲ ਮੁਸਕਰਾ ਕੇ, ਖੇਡ ਸਾਰੀ ਹੈ ਹੀ ਅਦਬ ਵਿੱਚ, ਅਦਬ ਦੀ ਖੇਡ ਓ ਸੋਹਣਿਆ ਸਾਰੀ, ਬੇਅਦਬੀ ਨਾ ਕਰੀਓ ਪਿਆਰਿਆ, ਆਪਣੀ ਜ਼ੁਬਾਨ ਨੂੰ ਕੰਟਰੋਲ ਵਿੱਚ ਰੱਖ। ਸਾਡੀਆਂ ਜ਼ੁਬਾਨਾਂ ਲੰਬੀਆਂ ਹੋ ਗਈਆਂ, ਨਾ ਬਜ਼ੁਰਗਾਂ ਦਾ ਅਦਬ ਰਿਹਾ, ਨਾ ਉਲਾਮਾਂ ਦਾ ਅਦਬ ਰਿਹਾ। ਕਈ ਬੰਦਿਆਂ ਦੀਆਂ ਤੇ ਜ਼ੁਬਾਨਾਂ ਐਡੀਆਂ ਲੰਮੀਆਂ ਹੋ ਗਈਆਂ ਕਿ ਸਰਕਾਰ ਦੇ ਦੋਸਤਾਂ ਦਾ ਅਦਬ ਨਾ ਰਿਹਾ, ਕਈਆਂ ਦੀਆਂ ਐਡੀਆਂ ਲੰਮੀਆਂ ਹੋਈਆਂ ਪੰਜ ਤਨੇ ਪਾਕ ਦਾ ਅਦਬ ਨਾ ਰਿਹਾ। ਉਹ ਜ਼ੁਬਾਨਾਂ ਨੂੰ ਕੰਟਰੋਲ ਵਿੱਚ ਰੱਖੋ, ਖੇਡ ਸਾਰੀ ਅਦਬ ਵਿੱਚ ਮੁਕੜੀਏ।